lean towards your heels, you're going to go that way. So just give it a push and just practice, you know, leaning in whatever direction. Okay. Lean towards your heels, you're going to go that way. So just give it a push and just practice, you know, leaning in whatever direction. Okay. Advice that you like that piece helped me the most. Really hard. Yeah. Remember one. Hello, 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 hello. Hello, G. ਹੋਰ ਸੁਣਾਓ ਜੀ, ਸਾਰਾ ਕੁਛ ਵਧੀਆ ਜੀ, ਇੱਥੇ ਸਭ ਵਧੀਆ। ਚਲੋ ਜੀ, ਡਿਕਲਾਈਨ ਕਰਤਾ, ਨਹੀਂ ਤਾਂ ਮਤਲਬ ਨੋਟ ਇੰਟਰਸਟਿਡ। ਨੈਕਸਟ ਤੇ ਹੋਰ ਇੱਕ ਗਾਣਾ ਯਾਰ ਉਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਫੇਵਰੇਟ ਗਾਣਾ ਆ। ਜਦੋਂ ਆਊਗਾ ਮੈਂ ਜ਼ਿਆਦਾਤਰ ਸਟੋਰੀਆਂ ਉਹਦੀਆਂ ਹੀ ਪਾਊਂਗਾ। ਬਹੁਤ ਜ਼ਿਆਦਾ ਵਧੀਆ ਗਾਣਾ ਬਣ ਗਿਆ ਮੇਰੇ ਤੋਂ, ਹਜ਼ਰਬਾ ਬੰਬ ਬਣ ਗਿਆ। ਅਤੇ ਮੈਂ ਲੱਗਦਾ ਮੇਰੀ ਕਨੈਕਸ਼ਨ ਵੀਕ ਆ, ਮੈਨੂੰ ਕੁਆਂਟੀ ਨਹੀਂ ਆਉਣ ਡੇ ਥੱਲੇ। ਮੈਂ ਵੀ ਕਈ ਵਾਰ ਪਰੇਸ਼ਾਨ ਹੋਇਆ ਨਾ, ਤੁਹਾਨੂੰ ਪਤਾ ਕਈ ਵੇਲੇ ਮੈਂ ਤਾਂ ਇੰਨੀ ਵਧੀਆ ਚੀਜ਼ ਬਣ ਜਾਂਦੀ ਆ ਨਾ, ਮੈਨੂੰ ਸਮਝ ਨਹੀਂ ਆਉਂਦੀ ਉਹਨੂੰ ਰੱਖਾਂ ਕਿੱਥੇ ਸਾਂਭ ਕੇ। ਅਤੇ ਫਿਰ ਉਹਨੂੰ ਮੈਂ ਕਿੱਥੇ ਰੱਖਦਾ ਨਾ ਲਾਈਵ, ਫਿਰ ਉਹਨੂੰ ਕਿੱਥੇ ਰੱਖਦਾ ਹੁੰਦਾ ਪਤਾ, ਅਤੇ ਪਤਾ ਨਹੀਂ ਮੈਂ ਗੱਲ ਹੀ ਭੁੱਲ ਗਿਆ। ਐਨੀਵੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦੀ। ਹੈਲੋ, ਸੋ ਮੈਂ ਇੱਥੇ ਇੱਕ ਮਿੰਟ, ਮੈਨੂੰ ਲੱਗਦਾ ਮੈਂ ਦੁਬਾਰਾ ਲਾਈਵ ਹੋਣਾ ਪੈਣਾ। ਸੋਰੀ ਯਾਰ, ਉਹ ਕਨੈਕਸ਼ਨ 'ਚ ਵੀਕ ਹੋਣ ਦੇ ਕਾਰਨ ਚਲ ਗਿਆ। ਅਤੇ ਹੈਲੋ, ਸੋ ਮੈਂ ਬਹੁਤ ਜ਼ਿਆਦਾ ਤੁਹਾਨੂੰ ਬੋਰ ਨਾ ਕਰਦਾ ਹੁੰਦਾ। ਮੇਰੀ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਆਪਣੀ ਐਲਬਮ ਆ ਰਹੀ ਆ ਬਹੁਤ ਜਲਦੀ, ਅਤੇ ਜਿੱਦਾਂ ਲਾਸਟ ਈਅਰ ਕੀਤੀ ਸੀ ਐਲਬਮ, ਇਸ ਈਅਰ ਫਿਰ ਕਰ ਰਹੇ ਹਾਂ, ਅਤੇ ਆਈ ਹੋਪ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ। ਕਿਉਂਕਿ ਮੈਂ ਪੂਰੇ ਲੋਕਡਾਊਨ ਦੇ ਵਿੱਚ ਮੈਂ ਇੱਕ ਹੀ ਗਾਣਾ ਰਿਲੀਜ਼ ਕੀਤਾ, ਦਿਲ ਤੋੜਨਾ ਸੀ। ਮਤਲਬ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਵੀ ਮੈਂ 2-3 ਮਹੀਨੇ ਕੋਈ ਗਾਣਾ ਰਿਲੀਜ਼ ਨਹੀਂ ਕੀਤਾ, ਉਸ ਤੋਂ ਬਾਅਦ ਵੀ ਮੈਂ 2-3 ਮਹੀਨੇ ਕੋਈ ਗਾਣਾ ਰਿਲੀਜ਼ ਨਹੀਂ ਕੀਤਾ। ਮੈਂ ਪੂਰੇ ਲੋਕਡਾਊਨ ਦੇ ਵਿੱਚ ਮੈਂ ਇੱਕੋ ਚੀਜ਼ 'ਤੇ ਮਿਹਨਤ ਕੀਤੀ ਆ, ਉਹ ਮੇਰੀ ਐਲਬਮ। ਤੋ ਐਲਬਮ ਦੇ ਉੱਤੇ ਮੈਂ ਬਹੁਤ, ਚਲੋ ਹਰ ਬੰਦਾ ਆਪਣੀ ਜਿਸ ਤੋਂ ਉਹ ਤੋਂ ਆਪਣੀ ਜੋ ਉਹਦੀ ਲਾਈਫ ਆ, ਜੋ ਉਹਦਾ ਕੰਮ ਆ, ਉਹਦੇ 'ਤੇ ਹਰੇਕ ਬੰਦਾ ਆਪਣੇ ਕੰਮ ਦੇ ਉੱਤੇ ਬਹੁਤ ਵਰਕ ਕਰਦਾ। ਸੇਮ ਮੇਰਾ ਵੀ ਉਹੀ ਕੰਮ, ਅਤੇ ਮੈਂ ਬਹੁਤ ਵਰਕ ਕੀਤਾ। ਮੈਂ ਬਸ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਟੇ ਟਿਊਨ, ਕਿ ਤੁਸੀਂ ਬਹੁਤ ਪਸੰਦ ਕਰੋਗੇ। ਤਾਂ ਮੈਂ ਹੁਣ ਚੈਨਲ ਲਾਈ Hello. Hi sir. Hello ji. ਕਿੱਦਾਂ ਤੁਸੀਂ? Oh my god. I'm sir, ਆਪਕੋ ਪਤਾ ਹੈ ਕਿ ਕਿਸ ਤੱਕ ਹੈ? ਨਹੀਂ, ਮੈਂ ਆਪ ਲਿਆ ਥਾ। ਕਹਾਂ ਪਰ? ਇਲਾਂਟੇ ਮੇ। ਇਲਾਂਟੇ ਮੇ? ਹਾਂ ਜੀ। ਕੀ ਕਰ ਰਹਾ ਥਾ ਆਪਨੇ? ਮੈਂ ਆਪਕੇ ਸਾਥ ਲਿਆ ਥਾ। ਅੱਛਾ, ਫੋਟੋ ਲਈ ਥੀ। ਚਲੋ, ਥੈਂਕ ਯੂ ਸੋ ਮਚ। ਆਪ ਚੰਡੀਗੜ੍ਹ ਸੇ ਹੋ? ਜੀ ਸਰ। ओके ओके, थैंक यू सो मच। तो गाने कैसे लगते हैं आपको? आई मीन
थैंक यू सो मच आपने जो भी बोला, बट आपकी आवाज नहीं आ रही। सर अभी आ रही है आवाज? हाँ अभी आ रही है। थैंक यू सो मच, आप इतना सपोर्ट करते हो, सो थैंक यू सो मच। मैं एक्चुअली ज्यादा पंजाबी सिंगर्स को सुनती नहीं हूँ, बट जब से मैंने आपके सॉन्ग सुने हैं ना, मतलब आपने इन्हें बहुत ज्यादा। थैंक यू सो मच मैम, थैंक यू ऐसे ही सुनते रहिए गाने। सो हम बहुत अच्छे अच्छे गाने आपके लिए लेके आ रहे हैं, एल्बम आ रही है, आप ऐसे सुनिए। थैंक यू सो मच फॉर आपने टाइम दिया। थैंक यू सो मच मैम, थैंक यू, बाय बाय बाय। थैंक यू सो मच जी। तो हूँ असी एक मैं जल्दी फोन, आई एम सॉरी मैं जल्दी ता कटे, मेरे बंदे ना लाइव जाना सी। ਵੀਜੇ ਰੰਧਾਵਾ ਸਾਡਾ ਭਰਾ ਸਾਡਾ ਵੀਰਾ, ਅਤੇ ਅਸੀਂ ਉਹਨਾਂ ਦੇ ਨਾਲ ਲਾਈਵ ਜਾਣਾ ਚਾਹੁੰਦੇ ਹਾਂ। ਸੋ ਵੀ ਰਿਕੁਐਸਟ ਕਿ ਉਹ ਸਾਨੂੰ ਜੁਆਇਨ ਕਰਨ, ਕਿਉਂਕਿ ਸਾਡੇ ਤੋਂ ਵੱਡੇ ਆ। ਵੀਜੇ ਰੰਧਾਵਾ ਜੀ ਨੂੰ ਲੱਤ ਆਫ ਹੋ ਗਿਆ, ਸ਼ੂਟਰ ਮੂਵੀ ਦੇ ਮਹਾਨ ਕਿਰਦਾਰ ਸਾਡੇ ਵੀਰ। ਸੋ ਚਲੋ ਉਹ ਹੋ ਗਿਆ ਹੁਣ ਆਫਲਾਈਨ। ਥੈਂਕ ਯੂ ਸੋ ਮਚ ਜੀ ਜਿਹਨੇ ਜਿਹਨਾਂ ਨੇ ਟਾਈਮ ਕੱਢਿਆ, ਅਤੇ ਸੋ ਜਲਦੀ ਤੁਹਾਨੂੰ ਮਿਲਦੇ ਹਾਂ ਜੀ ਇਸ ਵੀਡੀਓ ਦੇ ਨਾਲ, ਅਤੇ ਸਟੇ ਟਿਊਨ, ਬਹੁਤ ਵਧੀਆ ਵਧੀਆ ਗਾਣੇ ਲੈ ਕੇ ਆ ਰਹੇ ਹਾਂ। ਥੈਂਕ ਯੂ ਸੋ ਮਚ, ਲਵ ਯੂ ਗਾਈਸ, ਤੁਹਾਡਾ ਆਪਣਾ ਦਸਮਾਨਕ।